ਫਰਾਂ ਬੰਦੇ ਆਖੇ ਹਾਂ ਸਹੀ ਮੈਂ 15 ਲੱਖ ਰੁਪਇਆ ਚੌਧਰੀ ਸਾਹਿਬ ਨੂੰ ਕੋਲ ਕਹਿੰਦੇ ਮੇਰੇ ਪੈਸੇ ਦੇ ਸੋ ਤੱਕ ਜਨਾਬ ਤੁਸੀਂ ਮੈਂ ਜਨਾਬ ਨਹੀਂ ਪੜਦੇ ਦਿੰਦਾ ਸਾਰੇ ਬੰਦੇ ਜਨਾਬ ਕਰਾਂ ਅਜੇ ਵੀ ਹੈ ਬਾਅਦ ਦੇ ਖਾਤੇ ਕੋਲੇ ਸੂੰ ਦੇਖ ਸੂੰ ਤੇਰਾ ਕਈ ਜਿਹਾ ਲਿਖਿਆ ਹੋਇਆ ਤਾਂ ਦੇਖ ਸੂੰ ਅਜਣ ਜਨਾਬ ਪੜ ਜਾਊਗਾ ਕੋਈ ਨਾ ਸੀ ਮੇਰੇ ਕੋਲ ਸਬੂਤ ਹੈ ਮੈਂ ਤਾਂ ਸਬੂਤ ਚਾਹੀਦਾ ਤਾਂ ਅੱਧਾ ਘੰਟਾ ਗੁਜ਼ਰੇ ਜਨਾਬ ਨਹੀਂ ਥੀ ਮੰਡੀ ਤਾਂ ਬੰਦੇ ਛੀ ਪੁੱਤਰ ਖੜਿਆ ਹੂੰ ਚੌਧਰੀ ਸਾਹਿਬ ਦੇ ਛੀ ਪੁੱਤਰ ਗੁਜਰਾਵਾਲਾ ਪਾਕਿਸਤਾਨ ਚੌਕ ਮੈਂ ਉਸਕਾ ਬਹੁਤ ਬੜਾ ਪਲਾਜ਼ਾ ਹੈ ਉਸ ਬੰਦੇ ਦਾ ਬੜਾ ਮੀਰ ਆਦਮੀ ਥਾ ਉਹ ਖਰਬੋ ਕੀ ਜਗ੍ਹਾ ਛੋੜ ਕੇ ਮਰਿਆ ਥਾ ਅੱਧੇ ਘੰਟੇ ਬਾਅਦ ਗੱਡੀ ਆ ਕੇ ਰੁਕੀ ਪਰਾਡੋ ਆ ਕੇ ਰੁਕੀ ਫੇਰ ਦਿੱਤੀਏ ਉਹਨਾਂ ਛੀ ਦਿਨਾਂ ਵਿੱਚ ਇੱਕ ਵੇਲ ਫੇਰ ਦਿੱਤੀ ਆਖਿਰ ਮੈਨੂੰ ਉੱਥੇ ਖਬਰ ਮਿਲੀ ਹੈ ਵੀ ਮੇਰੇ ਅੱਬੇ ਦਾ ਕਿਸੇ ਨੇ ਜਨਾਜ਼ਾ ਡੱਕਿਆ ਹੋਇਆ ਹੈ ਵੀ ਮੇਰੇ ਅੱਬੇ ਦਾ ਜਨਾਜ਼ਾ ਨਹੀਂ ਫੜਨ ਦਿੱਤਾ ਇਹ ਮੈਂ ਕੰਨਾਂ ਦੀ ਵਾਲੀ ਵੀ ਲਾ ਕੇ ਦੇਣਾ ਨੱਕ ਦਾ ਕੋਕਾ ਵੀ ਦੇਣੀਆਂ ਮੇਰੀ ਦੋ ਦੁਕਾਨਾਂ ਨੇ ਉਹ ਵੀ ਲੈ ਲਾ ਪਰ ਮੇਰੇ ਅੱਬੇ ਦਾ ਜਨਾਜ਼ਾ ਨਾ ਰੋਕ ਮੇਰੇ ਅੱਬੇ ਦਾ ਜਨਾਜ਼ਾ ਨਾ ਰੋਕ ਮੇਰੀ ਮੂੰਹ ਦੁਕਾਨ ਖੜੇ ਚੌਵੀ ਪੋਰ ਤੋਂ ਖੇਡ ਗਏ ਇਹ ਮੈਂ ਸਾਰੇ ਜ਼ੇਵਰ ਹੀ ਹੱਥ ਦੇ ਦਿੱਤੀਆਂ ਪਰ ਮੇਰੇ ਅੱਬੇ ਦਾ ਜਨਾਜ਼ਾ ਸੀ ਮੰਨੇ ਉਹ ਬੰਦਾ ਖਾ ਥੇ ਕਿਬਲਾ ਆਗੇ ਬੜ ਕੇ ਨਾ ਉਸਨੇ ਕਿਬਲਾ ਮੁਫਤੀ ਸਾਹਿਬ ਆਗੇ ਬੜ ਕੇ ਉਸਨੇ ਕਹਾ ਔਰ ਮੈਂ ਕੋਈ ਚੌਧਰੀ ਸਾਹਿਬ ਕੋਈ 15 ਲੱਖ ਨਹੀਂ ਲੈਣੇ ਆਖੇ ਮੈਂ ਉਹਦੇ 15 ਲੱਖ ਦੇਣੇ ਨੇ ਤੇ ਮੈਂ ਅੱਜ ਵੇਖਦਾ ਸੀ ਵੀ ਅੱਬੇ ਦਾ ਵਾਰਿਸ ਅਸਲੀ ਹੈ ਕੌਣ ਅੱਬਾ ਮਰ ਜਾਏ ਤਾਂ ਬੇਟੇ ਕਹਿੰਦੇ ਹੈ ਸ਼ਾ ਛੋੜ ਦੇ ਮਰੇ ਧੀਆਂ ਹੁੰਦੀ ਜਿਹੜੇ ਮੰਜੇ ਦੀਆਂ ਵਾਰਿਸ ਬਣਦੀਆਂ ਨੇ ਯਾਰ ਤੇ ਮੀਆਂ ਸਾਹਿਬ ਦੇ ਸ਼ੇਰ ਪੜ੍ਹ ਕੇ ਮੈਂ ਖਤਮ ਕਰਨਾ ਮੀਆਂ ਸਾਹਿਬ ਫਰਮਾਉਂਦੇ ਨੇ ਉਹ ਧੀਆਂ ਅੱਲਾਹ ਮਰਹੂਮਾ ਕੀ ਮਗਫਰਤ ਫਰਮਾਏ ਆਮੀਨ ਵਾਖਰ ਦਾਵਾ